सामने आ थोड़ा का। जी बाजी थोड़ा उच्ची बोलो। हाँ जी जनाब, सदका अली वली का खाते ही चैन से, लंगर हसन से मिलता है पानी हुसैन से। जीवे पीर फैज शाह कलंदर हके सच्चे, जरा सच्चे दिल नाल मने उनकी मंजर पार। ते की मंगदा फिरना? ओ सोने दे नाल दा मंगने जी की हुंदा फिर मंगना सा? तुसी आपे तन सारे को नशा पत्रा ते नहीं करदा? बिल्कुल करदा नहीं है जी, झूठ नहीं। कादा जेड़ा इला बजावे जो ही करदा। माशाला यार किड्डा सोना जवान है यार, को ख्याल कर। गरीब तो नशा पत्रा जिंदगी तबाह करना पे, सोना जवान है माशाला, हर तरह का रब ने हर चीज दिती है। माशाला जवान है, रब तेरी जिंदगी लम्मी करे, रब तेन तंदरुस्ती देवे। ਕਾਹਦਾ ਆਪਰੇਸ਼ਨ ਹੋਇਆ? ਕੀ ਲਿਖਦਾ ਸੀ ਜੀ? ਸਾਡਾ ਸਾਰਾ ਦੁੱਧ ਵੀ ਜਾ ਕੋਈ ਲਿਖਦਾ ਨਹੀਂ। ਨਸ਼ਾ ਫਿਰ ਵੀ ਕਾਹਦਾ ਕਰਨਾ ਸਾਹਿਬ ਜੀ? ਬਸ ਬੂਟੀ ਵੀ ਪੀ ਲੈਣੀ। ਬੂਟੀ ਆਪਣੇ ਕਿਹੜਾ, ਇੱਥੇ ਕਿੱਥੋਂ ਲੈਂਦੇ ਬੂਟੀ? ਇੱਥੇ ਤਾਂ ਮਿਲਦੀ ਹੀ ਨਹੀਂ। ਕਈ ਇਹਨਾਂ ਦੀ ਸਰਕਾਰਾਂ ਦੇ ਮੰਨਣ ਵਾਲੇ ਉਹੀ ਹੋ ਜਾਂਦਾ ਸਾਡੇ ਕੀ ਕਰੀਆਂ ਲੋਕ। सरकारां नूं ते ना ना बदनाम करो यार, सरकार ते नशा पत्र नहीं करदे। बिल्कुल वो नहीं करदे, वो करदे ही नहीं। वाकई सही गल है। ए तुहानूं की दसां जी, किसे महंगाई दे बारे की कहांगा? महंगाई दे बारे जिहड़ी महंगाई होण डई है, महंगाई दे बारे जी माशाल्लाह साडे आफत जी होरे खलोते ने इलैक्शन दे विच। वेखो सानूं पाकिस्तान दे विच किहड़ा आफत ਪੜ੍ਹੇ ਤਾਂ ਅਸੀਂ ਹੈ ਨਹੀਂ ਜੀ। ਹਾਂਜੀ ਅਤੇ ਵੇਖੋ ਉਹਨਾਂ ਦਾ ਮਨ ਕਹਿਮ ਜੇ, ਸਾਡਾ ਦਿਲ ਕਹਿੰਦਾ ਜੇ। ਕਿਹੜਾ ਹਾਫਜ? ਜਿਨ੍ਹਾਂ ਦੀ ਉਹ ਕਰੇਨ ਨਿਸ਼ਾਨ ਹੈ ਜੀ। ਕਰੇਨ ਨਿਸ਼ਾਨ ਹੈ? ਐਡੀ ਮਹਿੰਗਾਈ ਹੋਈ ਹੈ, ਉਹਦਾ ਪ੍ਰੋਟੋਕੋਲ ਨਹੀਂ ਵੇਖਿਆ? ਇੰਨੀਆਂ ਗੱਡੀਆਂ ਫਲਾਂ ਫਲਾਂ। ਉਹ ਸਾਹਿਬ ਜੀ ਜਦੋਂ ਦੇ ਮੈਂ ਅਫਸਰ ਹੁਣ ਆਏ ਨੇ, ਮਾਸ਼ਾਅੱਲਾ ਰੇਟ ਟੁੱਟ ਗਿਆ, ਹਰ ਚੀਜ਼ ਦਾ ਰੇਟ। ਕਿਹੜੇ ਅਫਸਰ ਆਏ ਨੇ? ਆਪਣੇ ਹੈ ਜੀ ਇਮਰਾਨ ਖਾਨ ਸਾਹਿਬ ਜੀ। ਇਮਰਾਨ ਖਾਨ ਸਾਹਿਬ ਅਤੇ ਖਾਨ ਸਾਹਿਬ ਉਹਨਾਂ ਨੂੰ ਦੇ ਕੇ ਫਰਿਆਦ ਕਈ ਬੰਦਿਆਂ ਨੇ ਕੀਤੀ ਜੇ, ਅਤੇ ਉਹਦੇ ਸਦਕੇ ਹੀ ਮੌਲਾ ਹੁਸੈਨ ਗਾਜ਼ੀ ਬਾਦ ਦੇ ਸਦਕੇ ਹੁਣ 70 ਰੁਪਏ ਦੀ ਹੁਣ ਡੱਬੀ ਹੋ ਗਈ ਹੈ ਕੈਫੇ ਦੀ, ਅਤੇ 120 ਰੁਪਏ ਦੀ ਕੈਪਟਨ ਦੀ ਹੋ ਗਈ ਹੈ, ਅਤੇ ਸਾਡੇ ਮੁਸਲਮਾਨਾਂ ਨੇ ਫਿਰ ਵੀ ਕੰਮ ਠੋਕ ਕੇ ਰੱਖਿਆ ਹੈ ਜੀ। ਸਾਡੇ ਮੁਸਲਮਾਨਾਂ ਨੇ ਫਿਰ ਵੀ ਕੰਮ ਠੋਕ ਕੇ ਰੱਖਿਆ ਹੈ, ਪੈਸਾ ਗੁੰਮਰਾਹ ਕੀਤੀ ਜਾਂਦਾ ਮੁਸਲਮਾਨਾਂ ਨੇ। ਇਹ ਕਰੇਨ ਵਾਲਾ ਜਿਹੜਾ ਤੂੰ ਨਾਂ ਲਿਆ, ਇਹ ਪੈਸਾ ਕਿੱਥੋਂ ਆਉਂਦਾ ਇਹਦੇ ਕੋਲ? ਇਹਦਾ ਪਿਓ ਤਾਂ ਸੁਣਿਆ ਬੜਾ ਗਰੀਬ ਆਦਮੀ ਸੀ, ਉਹਨੂੰ ਕੋਈ ਜ਼ਰੂਰਤ ਪਈ ਸੀ, ਅਤੇ ਸੁਣਿਆ ਵੀ ਉਹਨੇ ਆਪਣੀ ਗੱਡੀ ਵੇਚੀ ਸੀ, ਅਤੇ ਇਹਦੇ ਕੋਲ ਤਾਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਥੱਲੇ, ਪ੍ਰੋਟੋਕੋਲ ਅਤੇ ਫਲਾਂ, ਇਹ ਕਿੱਥੋਂ ਆਉਂਦਾ? ਇਹ ਚੰਦਾ ਤੇ ਚੰਦੇ ਦਾ ਪੈਸਾ ਖਰਚ ਕਰਦਾ ਹੋਣਾ ਹੈ। ਦੇਖੋ ਇਹ ਤੁਹਾਨੂੰ ਅੱਲਾ ਦੀ ਜ਼ਾਤ ਨੂੰ ਪਤਾ ਹੈ, ਆਪਣੀ ਜੁੱਥੇ ਦੀ ਕਿਸੀ ਨਹੀਂ ਨਹੀਂ ਉਹ ਤਾਂ ਠੀਕ ਹੈ, ਸਿਹਤ ਤਾਂ ਨਹੀਂ ਹੈਗੀ, ਨਜ਼ਰ ਤੇ ਆਉਂਦਾ ਨਾ, ਨਜ਼ਰ ਤੇ ਸਾਰਾ ਕੁਝ ਹੀ ਆਉਂਦਾ। ਇਹ ਤੇ ਆਵਾਮ ਨੂੰ ਤੇ ਰੋਟੀ ਖਾਣ ਨੂੰ ਨਹੀਂ ਲੱਭਦੀ, ਤੇ ਇਹਨਾਂ ਸਿਆਸਤਦਾਨਾਂ ਦੇ ਪ੍ਰੋਟੋਕੋਲ। ਸਿਆਸਤਦਾਨਾਂ ਦਾ ਜੀ ਮੇਰੇ ਕਹਿੰਦੇ ਤੇ ਤਾਂ ਬਸ ਇੱਕ ਹੀ ਲਫ਼ਜ਼ ਜਿਹੜਾ ਕੋਈ ਸਿਆਸਤਦਾਨ ਐਸਾ ਵੈਸਾ ਕੋਈ ਵੀ ਨਾ ਹੋਵੇ, ਜਿਹੜੀ ਵੀ ਹਕੂਮਤ ਹੈ ਠੀਕ ਹੈ, ਪਾਕ ਫੌਜ ਕੋਲ ਹੋਵੇ ਬਸ, ਜੋ ਠੀਕ ਹੋ ਗਿਆ।